ਇੱਧਰ ਬਣ ਰਹੀ ਜੀ ਸਾਡੀ ਮੋਰਨਿੰਗ ਟਾਈਮ ਦੀ ਪਹਿਲੀ ਚਾਹ, ਇੱਧਰ ਬਣ ਰਹੀ ਰੀਤ ਦੇ ਲੰਚ ਬੋਕਸ ਲਈ ਭਿੰਡੀਆਂ ਦੀ ਸਬਜ਼ੀ। ਸਵਾਗਤ ਹੈ ਤੁਹਾਡਾ ਸਾਰਾ ਤੁਹਾਡੇ ਆਪਣੇ ਯੂਟਿਊਬ ਚੈਨਲ ਬੀ ਛਿੰਨਾ ਆਲ ਇਨ ਵਨ ਵਿੱਚ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਹੋਰ ਸਭ ਕਿੱਦਾਂ, ਸਭ ਠੀਕ ਠਾਕ? ਉਮੀਦ ਕਰਦੇ ਤੁਸੀਂ ਸਭ ਠੀਕ ਠਾਕ ਹੋਵੋਗੇ। ਰੀਤ ਰੈਡੀ ਹੋ ਕੇ ਚਲੇ ਗਏ ਨੇ ਸਕੂਲ। ਮੈਂ ਹੁਣ ਪੀਵਾਂਗੀ ਚਾਹ। ਡੈਡੀ ਜੀ ਲੱਗੇ ਨੇ ਰੋਟੀ ਖਾਣ। ਕੱਪੜੇ ਵਾਸ਼ ਕਰਕੇ ਡਰਾਈ ਹੋਣ ਲਈ ਬਾਹਰ ਪਾ ਦਿੱਤੇ ਨੇ। ਧੁੱਪ ਵਿੱਚ ਅੱਜ ਬੱਦਲ ਹੋਇਆ, ਅਸਮਾਨ ਵਿੱਚ ਬਾਰਿਸ਼। ਬਰਤਨ ਵੀ ਕਲੀਨ ਕਰ ਲਏ, ਡਸਟਿੰਗ ਕਲੀਨਿੰਗ ਦਾ ਕੰਮ ਵੀ ਹੋ ਚੁੱਕਿਆ। ਹੁਣ ਬਣਾਵਾਂਗੇ ਬੇਸਣ ਦੀ ਕੜੀ। ਪਕੌੜੇ ਵਾਲੇ ਦੇ ਲਈ ਪਕੌੜੇ ਰੈਡੀ ਕਰ ਲਏ ਨੇ। ਕੜੀ ਨੂੰ ਵੀ ਅਸੀਂ ਤੜਕਾ ਲਗਾ ਦਿੱਤਾ ਵਾ, ਕੜੀ ਡਈ ਆ। ਰਾਈਸ ਵੀ ਆਪਣੇ ਜਿਹੜੇ ਉਹ ਬਣ ਕੇ ਰੈਡੀ ਹੋ ਚੁੱਕੇ ਨੇ। ਇੱਧਰ ਤਿਆਰ ਹੋਣ ਡਈ ਜੀ ਮਲਾਈ ਤੋਂ ਮੱਖਣੀ। ਕੜੀ ਆਪਣੀ ਬਣ ਕੇ ਹੋ ਚੁੱਕੀ ਹੈ ਜੀ ਰੈਡੀ। ਕੁਛ ਹੁਣ ਕਰ ਦਿੱਤੇ ਨੇ ਪਕੌੜੇ ਐਡ, ਬੇਸਣ ਦੀ ਪਕੌੜਿਆਂ ਵਾਲੀ ਕੜੀ ਜਿਹੜੀ ਆ ਬਣ ਕੇ ਰੈਡੀ ਆ ਪਕੌੜਾ ਕੜੀ। ਸਰਦਾਰ ਜੀ ਹੁਣ ਡੇ ਰੈਡੀ, ਅਸੀਂ ਹੋ ਚੁੱਕੇ ਹਾਂ ਰੈਡੀ। ਹੁਣ ਅਸੀਂ ਚੱਲੇ ਹਾਂ ਸਾਡੇ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ, ਗੁਰਦੁਆਰਾ ਸਾਹਿਬ ਜਾਗੋ ਸ਼ਹੀਦ। ਬਣੇ ਰਹੋ ਸਾਡੇ ਨਾਲ ਇਸ ਵਲੋਗ ਵਿੱਚ, ਤੁਹਾਨੂੰ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਿਹੜੇ ਆ ਕਰਾਉਂਦੇ ਹਾਂ। ਜੇ ਸਾਧਾ ਭਾਈ ਕੋਈ ਗੁਰਪ੍ਰਸਾਦੀ ਰੀਤ ਰੀਤ ਦੇ ਪਾਪਾ ਗੋਲ ਗੱਪੇ ਖਾਣ ਚਲੇ ਗਏ, ਮੈਂ ਅਤੇ ਡੈਡੀ ਜੀ ਹੁਣੀ ਉਹਨਾਂ ਦੀ ਵੇਟ ਕਰਨ ਡੇ।
ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਪਹੁੰਚ ਚੁੱਕੇ ਅਸੀਂ ਘਰ। ਚਲੋ ਉਤਰੋ। ਇੱਧਰ ਬਣਾਉਣ ਡੇ ਆ ਚਾਹ, ਚਾਹ ਪੀ ਕੇ ਫਿਰ ਰੀਤ ਨੂੰ ਕਰਾਵਾਂਗੇ ਸਕੂਲ ਦਾ ਹੋਮਵਰਕ। ਇਹ ਸੀ ਜੀ ਸਾਡਾ ਛੋਟਾ ਜਿਹਾ ਵਲੋਗ। ਮਿਲਾਂਗੇ ਤੁਹਾਨੂੰ ਇੱਕ ਨਵੇਂ ਵਲੋਗ ਵਿੱਚ। ਜਿਨ੍ਹਾਂ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰੋ। ਜੇਕਰ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਦਾ, ਲਾਈਕ ਜ਼ਰੂਰ ਕਰਿਆ ਕਰੋ। ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡਾ ਵਲੋਗ ਕਿੱਦਾਂ ਦਾ ਲੱਗਾ।